ਪੁੱਛਿਓ ਤਾਂ ਮਾਰਵਾ ਬੈਟ ਗੋਰੀਏ ਪਰ ਲੱਕੀ। ਹਾਂਜੀ, ਕੰਬੋਜ ਰਕੜ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਆਂ। ਤੇ ਇਸ ਵੀਡੀਓ ਵਿੱਚ ਤੁਹਾਨੂੰ ਕਰਨ ਔਜਲਾ ਦੇ ਨਾਲ ਜੁੜੀ ਇੱਕ ਵੱਡੀ ਅਪਡੇਟ ਵੇਖਣ ਨੂੰ ਮਿਲੇਗੀ ਤੇ ਪੂਰੀ ਇਨਫੋਰਮੇਸ਼ਨ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਹਾਂਜੀ, ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਊਗਾ ਕਿ ਅੱਜ ਹੀ ਕਰਨ ਔਜਲਾ ਦੇ ਵੱਲੋਂ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ, ਜਿਸ ਤੋਂ ਬਾਅਦ ਬਹੁਤ ਸਾਰੇ ਲੋਕ ਇਹੀ ਕਹਿ ਰਹੇ ਨੇ ਕਿ ਇਹ ਪੋਸਟ ਕਰਨ ਔਜਲਾ ਦੀ ਈਪੀ ਦੇ ਰਿਲੇਟਡ ਹੀ ਹੈ। ਜਿਸ ਪੋਸਟ ਦੀ ਕੈਪਸ਼ਨ ਵਿੱਚ ਲਿਖਿਆ ਗਿਆ ਹੈ ਕਿ ਕਿੰਗ ਆਫ ਦਾ ਮੈਟਾਵਰਸ, ਵੈਲਕਮ ਟੂ ਬਿਲੀਨੇਅਰ ਬੀਅਰ ਸੋਸਾਇਟੀ, ਜੁਆਇਨ ਦਾ ਡਿਸਕੋਰਡ ਨਾਓ, ਮੋਰ ਕਮਿੰਗ ਸੂਨ। ਹਾਂਜੀ, ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਕਿ ਇਹ ਪੋਸਟ ਈਪੀ ਦੇ ਰਿਲੇਟਡ ਨਹੀਂ ਹੈ, ਇਹ ਇੱਕ ਡਿਸਕੋਰਡ ਗਰੁੱਪ ਹੈ ਜਿਸ ਦਾ ਨਾਮ ਹੈ ਬਿਲੀਨੇਅਰ ਬੀਅਰਸ ਸੋਸਾਇਟੀ, ਤੇ ਇਹ ਇੱਕ NFT ਹੈ। ਤੇ ਇਸੇ ਹੀ ਪੋਸਟ ਨੂੰ ਅੱਜ ਤੋਂ ਕੁਝ ਦਿਨ ਪਹਿਲਾਂ ਗੈਰੀ ਸੰਧੂ ਦੇ ਵੱਲੋਂ ਵੀ ਸ਼ੇਅਰ ਕੀਤਾ ਗਿਆ ਸੀ। ਬਾਕੀ ਜੇਕਰ ਤੁਹਾਨੂੰ ਇਸ ਬਾਰੇ ਹੋਰ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਕਰਨ ਔਜਲਾ ਦਾ ਡੋਂਟ ਲੁੱਕ 2 ਗਾਣਾ ਕਦੋਂ ਰਿਲੀਜ਼ ਹੋਵੇਗਾ, ਉਸ ਵੀਡੀਓ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਵੇਗਾ, ਉਸ ਵੀਡੀਓ ਨੂੰ ਜ਼ਰੂਰ ਜਾ ਕੇ ਚੈੱਕ ਕਰਿਓ। ਚੰਗਾ ਜੀ, ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਥੈਂਕ ਯੂ, ਦਿਲੋਂ ਧੰਨਵਾਦੀਆਂ, ਦਿਲੋਂ ਮਿਹਰਬਾਨੀ ਹੈ।